ਕੇਂਦਰੀ ਰਜਰਵ ਪੁਲਿਸ ਪਾਲ ਦੀ ਮਹਿਲਾ ਮੋਟਰਸਾਈਕਲ ਰੈਲੀ ਟੀਮ ਜੋ ਬੀਤੀ 8 ਅਕਤੂਬਰ ਨੂੰ ਜੰਮ ਕਸ਼ਮੀਰ ਤੋਂ ਚੱਲ ਕੇ ਪੰਜਾਬ ਪਹੁੰਚੀ ਸੀ ਨੇ ਅੱਜ ਲੰਧਾ ਸਥਿਤ ਕੰਨਿਆ ਮਹਾਵਿਦਿਆਲਾ ਹੰਸ ਰਾਜ ਮਹਾਵਿਦਿਆਲਾ ਅਤੇ ਡਾਕਟਰ ਅੰਬੇਦਕਰ ਐਨਆਈਟੀ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਕੌਮੀ ਏਕਤਾ ਦਾ ਸੰਦੇਸ਼ ਦਿੱਤਾ। ਇਹ ਪੰਜਾਬ ਹੀ ਸਸ਼ਵੀ ਮਹਿਲਾਵਾਂ ਦਾ ਦਸਤਾ ਮਹਿਲਾ ਸਸ਼ਕਤੀਕਰਨ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਵੀ ਸੁਨੇਹਾ ਦੇ ਰਿਹਾ ਹੈ। ਸੀਆਰਪੀਐਫ ਦੀ 20ਵੀਂ ਬਟਾਲੀਅਨ ਦੀ ਡਿਪਟੀ ਕਮਾਂਡੈਂਟ ਤਾਰਾ ਦੇਵੀ ਦੀ ਅਗਵਾਈ ਵਾਲੀ ਇਹ ਟੀਮ ਕਲਸਵੇਰੇ ਖਟਕੜ ਕਲਾ ਸਥਿਤ ਸ਼ਹੀਦ ਆਜ਼ਮ ਸਰਦਾਰ की, इस मौके से सीआरपीएफ का बैंड भी अपनी पेशकारी देगा